ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਅਕਰਨਾ ਕਰਦਾ ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ ਆਪਾਂ ਵੀ ਕਰਕੇ ਸ਼ੋਅ ਲਾਉਣਗੇ ਸੀ ਹੈਡਲਾਈਟ ਵਿੱਚ ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਝ ਨਹੀਂ ਮੈਂ ਸਿੱਧਾ ਬਾਈ ਵਾਲ ਨੂੰ ਕਿਹਾ ਬਾਈ ਸਸਰੀ ਕਾਲ ਸਾਸਰੀ ਘਰੋਂ ਕਿਤੇ ਦੇਖੀ ਐ ਕਰੀ ਮੇਰੇ ਹਾਲ ਦੇਖਿਆ ਉਹ ਸਦਾ ਸ਼ਾਇਦ ਮਾਨੂੰ ਸਾਸਰੀ ਘਰ ਨਹੀਂ ਚੰਗੀ ਲੱਗੀ ਮੇਰੀ ਤੇ ਉਹ ਜਾ ਕੇ ਬਸ ਜਿੱ ਬਹਿ ਗਿਆ ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜਕਾ ਹੁੰਦਾ ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ ਉੱਥੇ ਕੋਈ ਨਹੀਂ ਸੀ ਤਿੰਨ ਚਾਰ ਬੰਦੇ ਮੇਰੇ ਨਾਲ ਦੇ ਤੇ ਇਹ ਵੀ ਮੇਥੇ ਹੱਸ ਪੈ ਉਹਨੂੰ ਸਾਲਾ ਬੜਾ ਮਰਾਜਾ ਲੱਗਾ ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ ਕਿਉਂਕਿ ਮੈਨੂੰ ਸੁਨੇਹਾ ਆਇਆ ਸੀ ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ ਮੈਂ ਮੈਨੂੰ ਪਤਾ ਸੀ ਇਹਦੇ 11 on 15th 15th ਫਲੋਰ ਤੇ ਉੱਪਰ ਰਹਿੰਦੇ ਆ ਪਰ ਮੈਂ ਤਾਂ ਨਹੀਂ ਗਿਆ ਮੈਂ ਗਿਆ ਛੱਡ ਕੇ ਦੇਖੋ ਪ੍ਰਾਈਵੇਸੀ ਹੁੰਦੀ ਨਾ ਐਨੀਵੇ ਫੈਨ ਫੈਨੀ ਜਿਦੋਂਦੇ ਆ ਤੇ ਫੈਨੀ ਹਰੋਂਦੇ ਆ ਸ਼ਰਮਾ ਸਾਹਿਬ ਚਲੋ ਇੱਕ ਤੁਸੀਂ ਬਹੁਤ ਤੇ ਵੱਡਾ ਫੈਨ ਲੂਜ਼ ਕਰ ਲਿਆ ਗੋਡ ਬlesਸ ਯੂ ਬਾਈ ਫਰ ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ ਤੁਹਾਨੂੰ ਪਤਾ ਜਦੋਂ ਇੰਡੀਆ ਹਾਰ ਲੱਗੀ ਸੀ ਪਾਕਿਸਤਾਨ ਤੋਂ ਕਿਹਨੇ ਜਿਤਾਇਆ ਦਾਸ ਨੇ ਤੇ ਫਿਰ ਬੰਗਲਾਦੇਸ਼ ਤੋਂ ਹਾਰ ਲੱਗੀ ਸੀ ਫਿਰ ਕਿਹਨੇ ਜਿਤਾਇਆ ਦਾਸ ਨੇ ਤੇ ਹਰਾਇਆ ਕਿਹਨੇ ਦਾਸ ਨੇ Ekfan love you